ਟੈਬਲ ਕਲਾਂ ਦੇ ਵਿੱਚ ਅੱਜ ਨੈਸ਼ਨਲ ਹਾਈਵੇ ਜਾਮ ਕਰ ਦਿੱਤੇ ਨੇ ਬੇਅਦਬੀ ਇਨਸਾਫ ਮੋਰਚੇ ਵੱਲੋਂ, ਕਿਉਂਕਿ ਪਿਛਲੇ ਦਿਨੀ ਸਰਕਾਰ ਨੂੰ ਸਮਾਂ ਦਿੱਤਾ ਗਿਆ ਸੀ 5 ਤਰੀਕ ਤੱਕ ਜੋ ਮੰਗਾਂ ਨੇ ਉਹਨਾਂ ਦਾ ਹੱਲ ਕੀਤਾ ਜਾਵੇ, ਨਹੀਂ ਤਾਂ ਉਹਨਾਂ ਨੂੰ ਸੜਕ ਤੋਂ ਉੱਪਰ ਹਾਈਵੇ ਉੱਪਰ ਆਉਣਾ ਕੋਈ ਦੂਰੀ ਨਹੀਂ। ਪਰ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਲਗਾਤਾਰ ਜਿਹੜਾ ਅੱਜ ਸਵੇਰ ਤੋਂ ਹੀ 10 ਵਜੇ ਦਾ ਸਮਾਂ ਦਿੱਤਾ ਗਿਆ ਸੀ, ਸੰਗਤਾਂ ਦਾ ਆਉਣਾ ਸ਼ੁਰੂ ਹੋ ਗਿਆ ਸੀਗਾ ਵੱਡੀ ਗਿਣਤੀ ਦੇ ਵਿੱਚ। ਕਿਸਾਨ ਜਥੇਬੰਦੀਆਂ ਅਤੇ ਨਾਲ ਹੀ ਹੋਰ ਜਥੇਬੰਦੀਆਂ, ਨੰਗ ਸਿੰਘ ਜਥੇਬੰਦੀਆਂ ਸਾਰੀਆਂ ਇੱਥੇ ਪਹੁੰਚੀਆਂ ਅਤੇ ਅਰਦਾਸ ਕਰਨ ਉਪਰੰਤ ਜਿਹੜਾ ਹੈਗਾ ਦੋਵੇਂ ਹੀ ਰੋਡ ਨੇ ਜੋ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਬਠਿੰਡਾ ਨੂੰ ਰਸਤਾ ਜਾਂਦਾ ਦੋਵੇਂ ਪਾਸੇ ਨੇ ਸੱਜਾ ਅਤੇ ਖੱਬਾ ਜਿਹੜਾ ਹੈਗਾ ਜਾਮ ਕਰ ਦਿੱਤਾ ਗਿਆ ਹੈਗਾ, ਕਿਸੇ ਨੂੰ ਵੀ ਆਉਣ ਦਿੱਤਾ ਜਾ ਰਿਹਾ ਹੈਗਾ। ਸਿਰਫ ਐਮਰਜੈਂਸੀ ਸੇਵਾਵਾਂ ਜਾਂ ਸਕੂਲ ਬੱਸ ਰਹੇ ਉਹਨਾਂ ਨੂੰ ਖੋਲ੍ਹ ਦਿੱਤੀ ਗਈ ਹੈਗੀ ਹੈ, ਅਤੇ ਪੁਲਿਸ ਪ੍ਰਸ਼ਾਸਨ ਦੀ ਗੱਲ ਕਰੀਏ ਤਾਂ ਉਹਨਾਂ ਵੱਲੋਂ ਵੀ ਪ੍ਰਬੰਧ ਕੀਤਾ ਗਿਆ ਮੋਰਚੇ ਤੋਂ 1 ਤੋਂ 1.5 ਕਿਲੋਮੀਟਰ ਦੂਰ ਦੋਵੇਂ ਪਾਸੇ। ਗੱਲ ਕਰੀਏ ਤਾਂ ਸੰਗਤਾਂ ਨੂੰ ਜਿਹੜਾ ਲੋਕਾਂ ਨੂੰ ਆ ਡਿਵਟ ਦੇ ਦਿੱਤੀ ਗਈ ਹੈਗੀ ਹੈ, ਅਤੇ ਇਧਰਲੇ ਪਾਸੇ ਜਿਹੜੀ ਸਟੇਜ ਚੱਲ ਰਹੀ ਹੈਗੀ ਹੈ ਸਟੇਜ ਦੇ ਉੱਪਰ ਵੱਖ ਵੱਖ ਜਥੇਬੰਦੀਆਂ ਨੁਮਾਇੰਦੇ ਨੇ ਜਾਂ ਆਗੂ ਆਏ ਨੇ ਉਹ ਆਪਣੇ ਵਿਚਾਰ ਦੇ ਰਹੇ ਨੇ। ਆਉਣ ਵਾਲੇ ਸਮੇਂ ਦੇ ਵਿੱਚ ਤਕਰੀਬਨ ਦੁਪਹਿਰ ਦਾ ਸਮਾਂ ਹੋ ਚੁੱਕਿਆ, ਕਈ ਆਗੂ ਇੱਥੇ ਆਏ ਨੇ ਅਤੇ ਕਈ ਆ ਰਹੇ ਨੇ ਜਿਹੜੇ ਆਪਣੇ ਵਿਚਾਰ ਦੇ ਰਹੇ ਨੇ ਕਿ ਮੋਰਚੇ ਨੂੰ ਇਸ ਤੋਂ ਬਾਅਦ ਹੁਣ ਕਿਵੇਂ ਚਲਾਉਣਾ, ਕਿਉਂਕਿ ਪਹਿਲਾਂ ਮੋਰਚਾ ਸੜਕ ਦੇ ਕੰਢੇ ਚੱਲ ਰਿਹਾ ਸੀਗਾ ਅਤੇ ਹੁਣ ਸੜਕ ਦੇ ਉੱਪਰ ਆ ਚੁੱਕਿਆ ਹੈਗਾ, ਅਤੇ ਮੰਗਾਂ ਉਹੀ ਨੇ। ਮੰਗਾਂ ਨੂੰ ਲੈ ਕੇ ਸਰਕਾਰ ਕਿੰਨੀ ਗੰਭੀਰ ਨਜ਼ਰ ਆ ਰਹੀ ਹੈ ਉਸ ਉੱਪਰ ਵੀ ਸਵਾਲ ਕੀਤੇ ਜਾ ਰਹੇ ਨੇ ਕਿ ਸਰਕਾਰ ਨੂੰ ਅੱਜ ਜਿਹੜਾ ਮਜਬੂਰ ਕਰਨਾ ਪਵੇਗਾ ਕਿ ਸਰਕਾਰ, ਅੱਜ ਅਸੀਂ ਰੋੜਾ 'ਤੇ ਆਏ ਹਾਂ ਕਿ ਸਰਕਾਰ ਇਸ ਵਿੱਚ ਕੀ ਫੈਸਲਾ ਲੈਂਦੀ ਹੈ। ਇਸ ਤੋਂ ਬਾਅਦ ਆਪਾਂ ਹੁਣ ਮੋਰਚੇ ਦੇ ਆਗੂ ਸੁਖਰਾਜ ਸਿੰਘ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ, ਉਹਨਾਂ ਦਾ ਕੀ ਕਹਿਣਾ। ਡੈਬਲ ਕਲਾਂ ਦੇ ਵਿੱਚ ਬੇਅਦਬੀ ਇਨਸਾਫ ਮੋਰਚੇ ਵੱਲੋਂ ਨੈਸ਼ਨਲ ਹਾਈਵੇ ਦੋਨੋਂ ਜਾਮ ਕਰ ਦਿੱਤੇ ਨੇ। ਸਾਡੇ ਨਾਲ ਸੁਖਰਾਜ ਸਿੰਘ ਜੀ ਮੌਜੂਦ ਹੈ। ਸੁਖਰਾਜ ਸਿੰਘ ਜੀ, ਅੱਜ ਦੋਵੇਂ ਹਾਈਵੇ ਜਾਮ ਕਰ ਦਿੱਤੇ ਗਏ ਨੇ, ਮੇਰੇ ਹਿਸਾਬ ਨਾਲ 2 ਘੰਟੇ 3 ਘੰਟੇ ਸਮਾਂ ਹੋਣ ਵਾਲਾ ਹੈਗਾ, ਕੋਈ ਹਾਲੇ ਤੱਕ ਪ੍ਰਸ਼ਾਸਨ ਜਾਂ ਸਰਕਾਰ ਨੇ ਤੁਹਾਡੇ ਨਾਲ ਕੋਈ ਗੱਲਬਾਤ ਕਰਨ ਦਾ ਭੇਜਿਆ? ਨਹੀਂ ਜੀ, ਨਾ ਹੀ ਅਸੀਂ ਇਸ ਗੱਲ ਦੇ ਹੁਣ ਭਾਈਵਾਲਾ, ਨਾ ਹੀ ਅਸੀਂ ਕਰ ਰਹੇ। ਅਸੀਂ ਪਹਿਲਾਂ ਹੀ ਕਿਹਾ ਸੀ ਵੀ ਬੇਅਦਬੀ ਇਨਸਾਫ ਮੋਰਚੇ ਦੀ ਕੋਈ ਇੱਕ ਮੰਗ ਆ ਉਹਨੂੰ ਸਰਕਾਰ ਹੱਲ ਕਰਦੇ, ਅਸੀਂ ਉੱਦਾਂ ਦੇ ਕਦਮ ਨਹੀਂ ਚੱਕਾਂਗੇ, ਸਾਨੂੰ ਲੋੜ ਨਹੀਂ ਆ। ਤਾਂ ਸਰਕਾਰਾਂ ਨੂੰ ਅਣਗੌਲਿਆ ਕਰਦੀ ਹੈ, ਤਾਂ ਇੱਥੋਂ ਇਹ ਭਾਵ ਇਹ ਆ ਕਿ ਜੇ ਅਣਗੌਲਿਆ ਕਰਦੀ ਹੈ ਤਾਂ ਫਿਰ ਅਸੀਂ ਆਪਣੇ ਅੱਗੇ ਕਦਮ ਵਧਾਂਗੇ। ਅਸੀਂ ਆਪਣਾ ਜਿਹੜਾ ਕੰਮ ਸੀ ਉਹ ਕਰ ਦਿੱਤਾ, ਇਹ ਬੰਦ ਰਹੂਗਾ ਉਹਨਾਂ ਸਮਾਂ ਬੰਦ ਰਹੂਗਾ ਜਿੰਨਾ ਸਮਾਂ ਇਸ ਮਸਲੇ ਦਾ ਹੱਲ ਨਹੀਂ ਹੋਣਾ। ਦੇਖੀ ਆ ਕਿ ਆਮ ਹੀ ਨਿੱਕੇ ਨਿੱਕੇ ਮਸਲੇ ਲੈ ਕੇ ਮਾਨ ਸਾਹਿਬ ਲਾਈਵ ਹੋ ਕੇ ਜੋ ਲੋਕਾਂ ਦੇ ਗੱਲਬਾਤ ਕਰਦੇ ਨੇ, ਪਰ ਇਸ ਮਸਲੇ ਦੇ ਉੱਪਰ ਹਜੇ ਤੱਕ ਕੋਈ ਬਿਆਨ ਸੰਗਤਾਂ ਨੇ ਵੀ ਕਿਹਾ ਕੋਈ ਖੁੱਲ੍ਹ ਕੇ ਰਹਿੰਦੇ ਨਹੀਂ ਬਾਈ। ਉਹ ਇਸ ਮਸਲੇ ਤੋਂ ਲਾਈਵ ਕਿਵੇਂ ਹੋਣਗੇ, ਕਿਉਂਕਿ ਲੋਕਾਂ ਦੇ ਨਾਲ ਤਾਂ 24 ਘੰਟੇ ਦੀ ਗੱਲ ਕਰਕੇ ਆਇਆ ਅਤੇ ਟੱਪ ਗਿਆ 10 ਮਹੀਨੇ ਉਹਨਾਂ ਨੂੰ। ਸੋ ਇਹ ਚੀਜ਼ਾਂ ਜਿਹੜੀਆਂ ਉਹਨਾਂ ਨੂੰ ਨੁਕਸਾਨਦਾਇਕ ਇਸ ਗੱਲ ਕਰਕੇ ਆ ਕਿ ਜਿਹੜੇ 24 ਘੰਟਿਆਂ ਦਾ ਸਮਾਂ ਦੇ ਕੇ ਆਏ ਅਤੇ 11 ਮਹੀਨੇ ਹੋ ਗਏ, ਅਤੇ ਉਹਨਾਂ ਦਾ ਉਹੀ MLA ਕਹੀ ਜਾਂਦਾ ਜਿਹਦੇ ਨਾਂ 'ਤੇ ਆਏ ਵੀ ਇਹ ਇਹਨਾਂ ਨੇ ਹੱਲ ਨਹੀਂ ਕਰਨਾ, ਤਾਂ ਲਾਈਵ ਕਿਹੜੇ ਮੂਹਣਾ ਹੋਣ ਫਿਰ। ਸੋ ਇਹ ਆ ਵੀ ਇੱਕੋ ਇੱਕ ਰਾਹ ਵੱਜਦਾ, ਤੁਸੀਂ ਦੋਸ਼ੀਆਂ ਨੂੰ ਟੰਗ ਕੇ ਆਓ ਤਾਂ ਲੋਕ ਦਾ ਸਵਾਗਤ ਕਰਨ। ਕਿਉਂਕਿ ਕਾਫੀ ਸਮਾਂ ਹੋ ਚੁੱਕਿਆ, 8 ਸਾਲ ਦਾ ਸਮਾਂ ਬੀਤਣ ਲੱਗ ਗਿਆ, ਅਦਾਲਤਾਂ ਵਿੱਚ ਕੇਸ ਚੱਲ ਰਹੇ ਨੇ, ਹਜੇ ਤੱਕ ਜਿਹੜਾ ਹੈ ਬਹਿਬਲ ਕਾਲਾ ਗੋਲੀਕਾਂਡ ਦਾ ਜਿਹੜਾ ਚਲਾਨ ਵੀ ਆਪਾਂ ਕਹਿ ਸਕਦੇ ਹਾਂ ਨਹੀਂ ਪੇਸ਼ ਕੀਤਾ ਗਿਆ, ਹਾਲਾਂਕਿ ਕੋਟਕਪੁਰਾ ਦੀ ਜਾਂਚ ਵੀ ਚੱਲ ਰਹੀ ਹੈ, ਸੀਡੀ ਕਰ ਰਹੀ ਹੈ, ਬਹਿਬਲ ਕਾਲਾ ਵੀ ਕਰ ਰਹੀ ਹੈ। ਭਾਅ ਜੀ, ਜਾਂਚਾਂ SIT ਸਾਰਾ ਕੁਛ ਇਹਨਾਂ ਦੇ ਹੱਥ ਹੀ ਹੈ, ਕੋਰਟ ਨੇ ਇਹਨਾਂ ਦੇ ਕਾਨੂੰਨ ਨੇ ਤਾਂ ਪਹਿਲਾਂ ਕਿਹਾ ਸੀ ਵੀ 6 ਮਹੀਨੇ ਜਾਂਚ ਹੋਣੀ ਚਾਹੀਦੀ ਹੈ, ਅਤੇ 6 ਮਹੀਨੇ 'ਚ ਜਾਂਚ ਦੀ ਬਜਾਏ ਅੱਜ 2 ਸਾਲ ਟੱਪ ਗਿਆ, ਅਤੇ 2 ਸਾਲਾਂ ਦੀ ਜਾਂਚ ਤੋਂ ਬਾਅਦ ਵੀ ਕੋਰਟ ਇਹਨਾਂ ਨੂੰ ਇਹ ਲਾਂਹ ਤਾਂ ਪਾਈ ਜਾਂਦੀ ਆ ਜਿਹੜੀ ਨੇ 6 ਮਹੀਨੇ 'ਚ ਉਹਨੂੰ ਕੰਪਲੀਟ ਕਰਨ ਨੂੰ ਕਿਹਾ ਸੀ, ਅਤੇ 2 ਸਾਲ ਬਾਅਦ ਵੀ ਤਾਂ ਉਹੀ ਕਰਲਾਈ ਜਾਂਦੇ ਵੀ ਚਲਾਉਣ ਦਿਓ। ਇਹ ਜਿਹੜੇ ਅੱਜ ਦੇ ਸਮੇਂ 'ਚ ਕੋਰਟ ਬਹੁਤ ਛੋਟੀ ਕਰਤੀ ਇਹਨਾਂ ਨੇ, ਸਰਕਾਰ ਵੱਡੀ ਕਰਤੀ ਹੈ, ਤਾਂ ਸਰਕਾਰ ਨੇ ਹੀ ਉਹ ਮਸਲਾ ਹੱਲ ਕਰਨਾ, ਇਸ ਕਰਕੇ ਸਾਡਾ ਜਿਹੜਾ ਇਹ ਪ੍ਰੋਟੈਸਟ ਆ ਵਿਰੋਧ ਆ ਜਿਹੜਾ ਸਰਕਾਰ ਦੇ ਆ। ਆਪਾਂ ਗੱਲ ਕਰੀਏ ਮੰਗਾਂ ਦੀ, ਤਾਂ ਇੱਕ ਪਹਿਲੀ ਮੰਗ ਤਾਂ ਇਹ ਆ ਜਾਂਦੀ ਵੀ ਜੋ ਚਲਾਨ ਰਹਿੰਦੇ ਨੇ ਉਹਨਾਂ ਨੂੰ ਪੇਸ਼ ਕੀਤਾ ਜਾਵੇ, ਦੂਜੇ ਪਾਸੇ ਜੇਕਰ ਚਲਾਨ ਪੇਸ਼ ਹੋ ਜਾਂਦੇ ਆ ਉਸ ਟਾਈਮ ਮੋਰਚਾ ਖਤਮ ਕੀਤਾ ਜਾਵੇਗਾ, ਜਾਂ ਉਸ ਸਮੇਂ ਦੀਆਂ ਸਰਕਾਰਾਂ ਦੀ ਜੋ ਗ੍ਰਿਫਤਾਰ ਦੀ ਮੰਗ ਕੀਤੀ ਜਾਂਦੀ ਹੈ ਉਹਨਾਂ ਦੀ, ਉਹਨਾਂ ਇਹ ਦੋਵੇਂ ਮੰਗਾਂ ਤੋਂ ਬਾਅਦ ਜਿਹੜਾ ਖਤਮ ਚਲਾਨ ਪੇਸ਼ ਹੋਣ 'ਤੇ ਜੋ ਦੋਸ਼ੀਆਂ ਦਾ ਜਿਹੜਾ ਮੂੰਹ ਸਾਹਮਣੇ ਆ ਜਾਣਾ, ਠੀਕ ਆ। ਸੋ ਲੋਕ ਇਹ ਚਾਹੁੰਦੇ ਆ ਵੀ ਇਹਨਾਂ ਦੇ ਮਾਸਟਰ ਮਾਇੰਡ ਹੀ ਲੱਭੇ ਜਾਣ, ਮਾਸਟਰ ਮਾਇੰਡ ਕੌਣ ਨੇ? ਸੋ ਇਹਨਾਂ ਤੋਂ ਇਹ ਸਾਫ਼ ਸਪਸ਼ਟ ਹੁੰਦਾ ਕਿ ਸਰਕਾਰ ਸਿਰਫ ਉਹਨਾਂ ਨੂੰ ਮਾਸਟਰ ਮਾਇੰਡ ਸਾਹਮਣੇ ਕਰੇ, ਪੰਜਾਬ ਦੇ ਲੋਕਾਂ ਦੇ ਲਈ ਜੇ ਸੰਤੁਸ਼ਟੀ ਹੋਊਗੀ ਤਾਂ ਉਹਨਾਂ ਦੀ ਫਿਰ ਉਹਦੇ 'ਤੇ ਲੋਕ ਵਿਚਾਰ ਕਰ ਲੈਣਗੇ ਵੀ ਕੀ ਬਣਦਾ। ਯਾਨੀ ਕਿ ਚਲਾਨ ਦੇ ਜੇਕਰ ਜਿਨ੍ਹਾਂ ਦਾ ਸੰਗਤਾਂ ਚਾਹੁੰਦੀਆਂ ਨੇ ਚਲਾਨ ਦੇ ਵਿੱਚ ਨਾ ਆਉਂਦਾ, ਉਸ ਤੋਂ ਬਾਅਦ ਕਿਤੇ ਨਾ ਕਿਤੇ ਯਾਨੀ ਕਿ ਮੋਰਚਾ ਸਮਾਪਤੀ ਕਰਨ ਬਾਰੇ ਸੋਚਿਆ ਜਾ ਸਕਦਾ, ਕਿਉਂਕਿ ਕਿਉਂਕਿ ਅਦਾਲਤੀ ਕੇਸ ਬੜੇ ਲੰਬੇ ਹੋ ਜਾਂਦੇ ਨੇ। ਅਦਾਲਤੀ ਕੇਸ ਤਾਂ ਇਹ ਤਾਂ ਸੁਭਾਵਿਕ ਜੀ ਗੱਲ ਆ, ਅਦਾਲਤੀ ਕੇਸ ਤਾਂ ਲੰਮਾ ਹੀ ਚੱਲੂਗਾ, ਆਪਾਂ ਨੂੰ ਹੀ ਪਤਾ, ਪਰ ਚਲਾਨ ਦੇ ਵਿੱਚ ਉਹ ਗੱਲ ਹੋਵੇ ਵੀ ਜੋ ਪੰਜਾਬ ਦੇ ਲੋਕਾਂ ਨੂੰ ਚਾਹੀਦਾ ਹੋਵੇ ਵੀ ਫਿਰ ਹੀ ਮੋਰਚਾ ਪਾਸੇ ਹੋਊਗਾ।
इस सुखराज सिंह जिन्हों वालों गलबात की गई कि उन्हों का जो है मोर्चा लगातार जोड़ा अणमित समय लिए जारी आएगा। पर दूजे पास जे गल करिए जो मंगा ने चलान ने जो अजे तक रेंदे ने बेबल कल जाँच की जी चलान आ हाले तक रहा है वो चलान जेकर पेश हों जिद इन वालों जो मंग रखी है जो असल दोषी ने उन्हों का चेहरा जो लिया जाता तो हो सकता है उस तो बाद जो संगत विचार किया जाए। फिलहाल तस्वीर के देख सकते हो जो है नैशनल हाईवे 54 के उपर जो लगातार जो है धरना जारी है स्टेज चल रही हैगी जो इधरों लोगों आने जाने हालांकि दिक्कत आ रही ने पर जो है बिल्कुल एक बार जाम किया हुआ है नैशनल हाईवे सुबह तो अरदास करने उपरंत जो दोवें पास्यों जाम करते जो सुखराज सिंह वालों भी क्लीयर किया गया है कि सरकार जो उन्होंने मंगा ने जे कर वो करके आँदी है तो वह आदा धरना खत्म करेंगे नहीं तो हूँ एक बार वो रोड के उपरों नैशनल हाईवे 54 के उपर आके बैठ गए हैं तो उन्होंने धरना इस तरह ही जारी रहेगा। फिलहाल मोर्चे वालों क्लीयर कर दिया गया है कि चलान दे विच जेकर असल दोषियों के ना आते हैं तो हो सकता कि वह इस मोर्चे को समाप्त करने बारे सोच सकन पर हाले नहीं तो उन्हों का कहना है कि साडा मोर्चा इस तरह ही जारी रहेगा। देखना कि आने समय के सरकार हुण इस विच की फैसला लेंदी है जो मोर्चा है कदों तक इतने नैशनल हाईवे पर चलता है। बैबल कलां तो जगबाणी टीवी लई जगतार दसांझ।